क्षमादान। ब्रेक तो बाद एक बार फिर स्वागत है जी रेडियो पंजाब टुडे के चर्चित प्रोग्राम क्षमादान दे विच। कुछ व्यापारक सुनेहे। सीनियर अटॉर्नी एमी गैल होना दी अमरीका की 1987 तो ला फर्म गैल एंड गैल असाइलम केसां की पैरवी करती आ रही है। इन्हां दे यतना सदका हज़ार सिख असाइलम केसां दे नाल अमरीकी नागरिक बन चुके ने। पंजाबी हिंदी दे उर्दू च तुसीं गैल एंड गैल ला फर्म दे नाल राबता कायम कर सकते हो। इन्हां दे चीफ इमीग्रेशन कंसल्टेंट राजवीर सिंह जिन्हां नूं 24 साल का तजर्बा जी फोन नंबर ते उपलब्ध रहिंदे ने। नंबर है जी 7186121188 7186121188। लायन एमी गैल होना दी ला फर्म गैल एंड गैल का ऑफिस नंबर है जी 212-619-2128-29। ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 206-941-5454 206-941-5454। ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਕੋਈ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਨਾਲ 253-520-8886 'ਤੇ ਸੰਪਰਕ ਕਰ ਸਕਦੇ ਹੋ। 253-520-8886। इन्हों का पता जी 24915-104 एवन्यू साउथ ईस्ट कैंट वाशिंगटन। तुसी इन्हां नाल पंजाबी विच भी गल कर सकते हो। TM डेरा का रीफ्रैश ट्रैवल प्लाजा ते फ्यूल कार्ड ना होने ते 20 ट्रकर्स लई वड्डी रिबेट। इस तों इलावा देसी घ्यो च बनिया पंजाबी खाना पंजाबी ढाबे ते खा सकते हो। इत्थे पिज़ा हट, KFC, फैट बर्गर ते होर फूड आउटलैट्स भी ने। तुसी इत्थे अपने बच्चों नूं नाल लिजा के भी आनंद माण सकते हो। वधेरे जानकारी लई संपर्क करो रवि गरेवाल जां सचिन मलिक होरां नूं 5599034627 5089936427 ते संपर्क कर सकते हो। लोकेशन है जी हाईवे 99 एग्जिट 144 एवेन्यू 7। सियाटल च वाशिंगटन फ्रेट सर्विस नूं ऑनर ऑपरेटर दे ड्राइवर दी लोड़ा। चंगा बोनस दे नाल नाल कंपनी होर सहूलतां भी दिंदी है। एक बार संपर्क करो जगदेव संधु होरां दे नाल 253-266-6924 253-266-6924। साडे नाल ने सीनियर पत्रकार ਬਖਤੌਰ ਸਿੰਘ ਜੀ ਢਿੱਲੋਂ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਪ੍ਰੋਗਰਾਮ ਸ਼ਮਾਦਾਨ 'ਚ। ਸ਼ੁਕਰੀਆ, ਮਿਹਰਬਾਨੀ ਦਲਵੀਰ ਜੀ, ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਸਰਕਾਰ ਅਤੇ ਕਿਸਾਨਾਂ ਦਰਮਿਆਨ ਬਣੀ ਸਹਿਮਤੀ, ਅੱਗੇ ਹੋਰ ਕੀ ਤਾਜ਼ਾ ਤਰੀਨ ਹਾਲਾਤ? ਨਹੀਂ, ਅਜੇ ਤੱਕ ਆਹ ਦੇਖਣਾ ਵੀ ਅੱਗੇ ਹੋਤਾ ਹੈ ਕਿਆ ਹੈ, ਤਾਂ ਅਜੇ ਅੱਗੇ ਦੀਆਂ ਗੱਲਾਂ ਅੱਗੇ ਨਾਲ ਹੈ। ਪਰ ਫਿਲਹਾਲ ਜੀ ਜਿਹੜਾ ਸਰਕਾਰ ਨੇ ਆਪ ਸਹੇੜਿਆ ਸੀ ਇੱਕ ਵੱਡਾ ਸੰਕਟ, ਉਹਦੇ 'ਚੋਂ ਥੋੜ੍ਹੀ ਜਿਹੀ ਉਹਨਾਂ ਨੇ ਰਾਹਤ ਹਾਸਲ ਕੀਤੀ ਹੈ ਜੀ। ਅਤੇ ਰਾਹਤ ਹਾਸਲ ਕਰਨ ਵਾਸਤੇ ਸਾਰਾ ਕੁਛ ਕਰਨਾ ਉਹ ਹੀ ਪਿਆ ਜੀ ਜਿਹੜਾ ਕਰਨਾ ਹੀ ਪੈਣਾ ਸੀ ਜੀ। ਅਤੇ ਇਹ ਗੱਲ ਹੈ ਕਿ ਜੋ ਕੁਛ ਕੀਤਾ ਹੈ ਉਹਨੇ ਇਹ ਪੁਸ਼ਟੀ ਕਰਤੀ ਹੈ ਕਿ ਸਰਕਾਰ ਬਹੁਤ ਵੱਡੀ ਗਲਤੀ 'ਤੇ ਸੀ ਜੀ। ਕੱਲ੍ਹ ਵੀ ਆਪਾਂ ਬੜੇ ਵਿਸਥਾਰ ਨਾਲ ਗੱਲ ਕੀਤੀ ਸੀ ਕਿ ਕਿਸਾਨ ਜਿਹੜੇ ਹੈ ਉਹ ਆਪਣੇ ਅੰਬੇ ਪਏ ਆ, ਅੱਕੇ ਪਏ ਆ, ਅਤੇ ਆਪਣੀਆਂ ਮੰਗਾਂ ਵਾਸਤੇ, ਆਪਣਾ ਹੱਕ ਮੰਗਣ ਵਾਸਤੇ ਉਹ ਜੱਦੋਜਹਿਦ ਕਰਦੇ ਆ। ਹੱਕ ਵੀ ਇੰਨਾ ਜ਼ਿਆਦਾ ਨਹੀਂ ਜੀ ਕਿ ਜਿੰਨਾ ਉਹ ਕਮਾਈ ਕਰਦੇ ਆ ਅਤੇ ਉਹ ਕਮਾਈ ਦਾ ਉਹਨਾਂ ਨੂੰ ਫਲ ਮਿਲੇ ਜੀ। ਸਗੋਂ ਕਹਿੰਦੇ ਵੀ ਉਨਾ ਕੀ ਦੇ ਦਿਉ ਜਿੰਨੇ ਕਿ ਨਾਲ ਸਾਡਾ ਘਰ ਪੂਰਾ ਹੋ ਜੇ। ਇੱਥੋਂ ਤੱਕ ਹੈ ਜੀ, ਸਰਕਾਰ ਨੇ ਗੱਲ ਨਹੀਂ ਸੀ ਮੰਨੀ। ਸਰਕਾਰ ਦਿੱਲੀ ਦੀ ਲੜਾਈ ਲੜਨ ਲੱਗ ਗਈ ਜੀ। ਦਿੱਲੀ ਦੀ ਲੜਾਈ ਦਿੱਲੀ ਲੜੇ। ਦਿੱਲੀ ਦੀ ਲੜਾਈ ਜਦੋਂ ਪੰਜਾਬ ਦੀ ਹਕੂਮਤ ਲੜਦੀ ਹੈ ਫਿਰ ਪਤਾ ਲੱਗਦਾ ਵੀ ਇਹ ਕਿਉਂ ਜੀ। ਮੈਂ ਅੱਜ ਇੱਕ ਵੱਡੇ ਕਲਾਕਾਰ, ਲੇਖਕ, ਵਿਦਵਾਨ ਪਾਲੀ ਭੁਪਿੰਦਰ ਨੂੰ ਸੁਣ ਰਿਹਾ ਸਾਂ ਜੀ। ਪਾਲੀ ਭੁਪਿੰਦਰ ਹੁਣੀ ਭਗਵੰਤ ਮਾਨ ਹੋਰਾਂ ਦੇ ਬੜੇ ਕਰੀਬੀ ਰਹੇ ਹੈ ਜੀ। ਵਿਚਾਰਧਾਰਕ ਤੌਰ ਦੇ ਉੱਤੇ ਅਤੇ ਕਲਾਕਾਰੀ ਦੇ ਤੌਰ ਦੇ ਉੱਤੇ ਇੱਕ ਦੂਜੇ ਦੇ ਨਾਲ ਨੇੜ ਹੈ ਜੀ। ਲੇਕਿਨ ਅੱਜ ਇੱਕ ਜਦੋਂ ਗੱਲ ਕਰ ਰਹੇ ਸੀ ਕਿਸੇ ਚੈਨਲ ਦੇ ਉੱਤੇ, ਵੈਬ ਚੈਨਲ ਦੇ ਉੱਤੇ, ਅਤੇ ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਨੂੰ ਲੱਗਦਾ ਕੀ ਹੈ? ਕਹਿੰਦੇ ਮੈਨੂੰ ਲੱਗਦਾ ਇਹ ਹੈ ਕਿ ਜਿਹੜੀ ਕੇਜਰੀਵਾਲ ਐਂਡ ਕੰਪਨੀ ਹੈ ਜੀ, ਉਹਦਾ ਨਿਸ਼ਾਨਾ ਹੈ ਪੰਜਾਬ ਦੇ ਵਿੱਚੋਂ, ਭਾਰਤ ਦੇ ਵਿੱਚੋਂ ਕਾਂਗਰਸਾ ਖਾਤਮਾ ਜੀ। ਅਤੇ ਟੂ ਪਾਰਟੀ ਸਿਸਟਮ ਵਾਲੀ ਗੱਲ ਉਹੀ ਜਿਹੜੀ ਹੈਗੀ ਆ RSS BJP ਵਾਸਤੇ ਰਾਹ ਪੱਧਰਾ ਕਰਨਾ ਜੀ। ਕਹਿੰਦੇ ਇਸ ਪਾਸੇ ਨੂੰ ਲੱਗੇ ਵੀ ਜੀ। ਫਿਰ ਉਹਨਾਂ ਨੂੰ ਪੁੱਛਿਆ ਵੀ ਭਗਵੰਤ ਮਾਨ ਬਾਰੇ ਤੁਹਾਡਾ ਕੀ ਵਿਚਾਰ ਹੈ? ਕਹਿੰਦਾ ਭਗਵੰਤ ਮਾਨ ਜਦੋਂ ਆਪੋਜੀਸ਼ਨ 'ਚ ਹੁੰਦਾ ਸੀ ਉਦੋਂ ਇੱਕ ਇਨਕਲਾਬੀ ਸੀ, ਹੁਣ ਉਹ ਮਾਨ ਸਾਹਿਬ ਹੈ। ਬੜੀ ਵੱਡੀ ਗੱਲ ਜਿਹੜੀ, ਹਾਂ, ਉਹਨੂੰ ਕਹਿੰਦਾ ਸਾਹਿਬ ਹੈ, ਮੁੱਖ ਮੰਤਰੀ ਸਾਹਿਬ ਹੈ ਜੀ। ਜਦੋਂ ਬੰਦੇ ਆਪੋਜੀਸ਼ਨ ਦੇ ਵਿੱਚ ਹੁੰਦੇ ਆ ਜੋ ਮਰਜ਼ੀ ਆ ਕਹੀ ਜਾਣ, ਕਹਿੰਦਾ ਉਹ ਕਹੀ ਜਾਂਦਾ ਜੀ ਚਾਹ ਵੀ ਚੱਕ ਦਿਆਂਗੇ ਅਤੇ ਆਹ ਵੀ ਚੱਕ ਦਿਆਂਗੇ, ਪਰ ਉਹ ਹੁੰਦਾ ਨਹੀਂ ਜੀ। ਜਦੋਂ ਸੱਤਾ 'ਚ ਆਉਂਦੇ ਉਦੋਂ ਪਤਾ ਲੱਗਦਾ ਵੀ ਤਾਂ ਗੱਲ ਹੀ ਕੁਛ ਹੋਰ ਹੈ ਜੀ।
उन्हें वो कुड़ी अनमोल गगन मान का हवाला दिता, कहिंदा तां मन ही गई जी कि बाहर असीं जदों हुंदे आ सानूं पता नहीं हुंदा, अंदर आके पता लगता गल कुछ होर है जी। तो जो गल कुछ होर दी आउंदी है फिर उही गल आउंदी है कि दिल्ली की लड़ाई ये लड़ क्यों रहे जी। बिल्कुल बड़ा सवाल है सी, दिल्ली की लड़ाई लड़न लग गए तो लड़ाई लड़न तो बाद फिर जिस ढंग के जो लड़ाई गल पैगी जी तो यह पता लगे कि अपने तप्पड़ रुल जाएंगे, क्योंकि कल भी मैं जिक्र किया कि मालवे के खिते उठियां लहरां दबाना छेती किते सौखा नहीं जी। वह हुण लहरां उठनिया शुरू हो गई तो फिर नाल दी नाल ही जिहड़ी हैगी डैमेज कंट्रोल च लग गए जी। अफसोस इस गल का कि डैमेज कंट्रोल पोलीटिकल उसका हल कढ़ने की बजाय तो पुलिस अफसर मूहरे लाता जी। मेरे कुछ मित्र है जिन्हां दे बड़े नेड़ले तलकात रहे हैं सरदार अवतार सिंह आटालिया नाल, मेरे भी उन्हां दे नाल दोस्ताना तलकत ता नहीं रहे लेकिन इन्ने के कि साड़ी जान पछाण काफ़ी सी, एक दूजे नूं चंगे मिलदे हुंदे सी जी। अज गल चल रही सी कि सरकार करदी की है पुलिस अफसरां नूं क्यों मूहरे लाया, तो मेरे सज्जन ने मैनूं गल याद कराती, वो फिर मैं भी वो गल दोबारा रिपीट करनी चाहुंदा जी। सरदार दरबारा सिंह पंजाब दे चीफ मिनिस्टर हुंदे सी कांग्रेस पार्टी वालों जी, 1980 की गल है। उदो तलवंडी हल्के तो कांग्रेस पार्टी की नुमाइंदगी करते होंगे सी विधानसभा दे विच सरदार अवतार सिंह गाटवाली जी। अवतार सिंह गाटवाली बड़ा तजर्बेकार लीडर सी, लोगों के बड़ा विचरदा सी और पिंड दे विच रह के पॉलिटिक्स करता सी, हालांकि सरदार सी जी, बठिंडे दे विच भी उहदी प्रॉपर्टी है, प्रॉपर्टी की कोई कमी नहीं सी जी। उन्हां दिनां दे विच कांग्रेस पार्टी के दरम्यान मतभेद पैदा हो गए, एक पासे दरबारा सिंह कैंप ते दूजे पासे दरबारा सिंह दा विरोधी कैंप। विरोधी कैंप की अगवाई कौन करे इहदे ते चलदी सी, ते चलदिआं चलाउंदिआं गाटवाली दे उत्ते गुणा पै गया कि अवतार सिंह गाटवाली अगवाई करूगा जी। अवतार सिंह गाटवाली अपनी मस्त मौला बंदा सी, उह आपदा कम करदा रहा, किसी फंक्शन के उत्ते इकट्ठे हुए तो उस वे जे बठिंडे एस एस पी लगे से उन्हों का नाम से गुरविंदर सिंह भुल्लर जी, आ जे होने वाले आई जी है भुल्लर साहब जी, गुरप्रीत सिंह भुल्लर इन्हों के ताया जी होंगे जी, रिटायर हो गए से फिर वो पंजाब पब्लिक सर्विस कमीशन के मैंबर भी रहे जी। तो गुरविंदर सिंह भुल्लर हो ही कहें भी गाटवाली साहब कहते भी सर मैं थोड़े नाल गल करनी है, कर सकता, कहते जी कर लो इधर आज जी, हाँ जी दसो। तो भुल्लर साहब कहिंदे भी सर मैं चाहुंदा भी तुसी अपनी जिहड़ी है रिफ्ट है तुहाडी सरदार दरबारा सिंह नाले मुक जे, तो मैं गल कर लैना तुहाडा बैठ के करा दिंदे आ, असीं अंडरसटैंडिंग करा दिंदे जी, जे कोई मतभेद दूर करवा दिंदे। कहिंदा सरदार साहब तुहाडा काम की है, तुहाडी पोस्ट की है, कहिंदे जी एस एस पी जी, तुहाडा काम की है लॉ एंड आर्डर मेनटेन करना, जिहड़ा तुहाडा काम है तुसी करो जी, तुहाडा काम सियासत करना नहीं, सियासत करना सियासतदाना दा काम है, कृपा करके सियासत नूं मूँह ना मारो, जिहड़ी गल करनी है मैं वेखना, तो दरबारा सिंह ने देखना कि असीं की करना, जो सानूं लोड़ पऊगी असीं मिल लांगे जी, इकट्ठे रहने कोई दूजी ऐसी वैसी गल नहीं, पर जिहड़ा हैगा प्रशासनिक अधिकारियों पुलिस अधिकारियों पोलीटिकल मामले च दखल नहीं देना चाहिए जी। हुण इत्थे की होया, इत्थे सारा कुछ ही छड़ता, कहिंदे लो जी तुसीं गल कर लो, आ गए शीना साहब, शीना साहब आ गए, जो मंगी गए कहिंदे जी दे आने, देता हूँ जिन्ना कुछ जरा जी अपने को इनफॉर्मेशन मिली है वह है कि 10 लाख रुपया मृतक प्रीतम सिंह के परिवार को मुआवजा जी, उन्होंने परिवार के एक मैंबर वो जी योग्यता के मुताबिक नौकरी भी देनी जी, फिर कहें जरा सरकारी कर्जा वो भी लीक फेर देंगे जी। अगली गल कहते भी जिन्हें बंदे गिरफ्तार किए हैं तो जिन्हों के खिलाफ परचे दर्ज किए हैं परचे रद्द करा, तो जे गिरफ़्तार किए हैं उन्होंने रिहा कर देंगे जी, आही तो रौला सी, तुसीं गिरफ़्तार किए क्यों, इहदा मतलब कि प्रीतम सिंह दी बली लैना चाहुंदे सी बिल्कुल, या उदों तुहानूं पता नहीं सी कि होऊगा की, चलो केजरीवाल नूं पता होवे ना होवे, भगवंत मान नूं तां पता है जिस मिट्टी चों पैदा होया जी, वो इनकलाबी मिट्टी है, इस मिट्टी दे विचों तां लहरां उठदियां जी, ते उह लहरां फिर बहिंदियां नहीं, इस करके उन्होंने एक बारी मामला मुका लिया, देखदे आ अगे हुंदा की है, ये जिहड़ा समझौता होया ते समझौते ते अमल हुंदा है कि नहीं हुंदा जी। पोस्टमार्टम प्रीतम सिंह का हो गया सी उस अंडरसटैंडिंग तो बाद जी, संस्कार भी शायद अज उन्हों का हो गया हो, बारे तो मैंने कोई अज पक्का पता नहीं गया क्योंकि अज की आप खबर देखी नहीं जी, लेकिन माहौल है जरा माहौल वेखन ये लगता है कि शांत हो गया, पर अंडरकरंट अजे तक गड़बड़ काफ़ी है जी जी।
एक होर भारत ने इतिहास जिहड़ा हैगा रचाई चंद ते चंद्रयान उतर गया। चंद्रयान जिहड़ा हैगा ये साडा एक राकेट है जी जिहनूं आपां कहिंदे राकेट ही कहांगे जी। ਉਹ ਛੱਡਿਆ ਸੀ ਪਹਿਲਾਂ ਵੀ ਬੜੇ ਵਾਰੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਜਿਹੜਾ ਹੈਗਾ ਤੁਹਾਡਾ ਉਹ ਚੰਦ ਦੇ ਉੱਤੇ ਉਤਰ ਪਿਆ ਜੀ। ਇਹ ਭਾਰਤ ਦੀ ਇੱਕ ਵੱਡੀ ਪ੍ਰਾਪਤੀ ਹੈ, ਛੋਟੀ ਪ੍ਰਾਪਤੀ ਨਹੀਂ, ਕਿਉਂਕਿ ਦੱਖਣੀ ਧਰੁਵ 'ਤੇ ਉਤਰਿਆ ਅਤੇ ਦੱਖਣੀ ਧਰੁਵ 'ਤੇ ਹਾਲੇ ਤੱਕ ਕੋਈ ਹੋਰ ਦੇਸ਼ ਜਿਹੜਾ ਨਹੀਂ ਪਹੁੰਚਿਆ ਜੀ। ਵੈਸੇ ਸਾਡੇ ਤੋਂ ਪਹਿਲਾਂ ਅਮਰੀਕਾ, ਰੂਸ, ਚੀਨ ਇਹ ਪਹੁੰਚ ਚੁੱਕੇ ਜੀ, ਚੰਦ 'ਤੇ ਪਹੁੰਚ ਚੁੱਕੇ, ਅਤੇ ਉਸ ਜਿਹੜਾ ਹੈ ਦੱਖਣੀ ਧਰੁਵ 'ਤੇ ਨਹੀਂ ਗਏ ਸੀ, ਆਪਾਂ ਦੱਖਣੀ ਧਰੁਵ 'ਤੇ ਚਲੇ ਗਏ ਜੀ। ਇਹ ਇੱਕ ਵੱਡੀ ਪ੍ਰਾਪਤੀ ਹੈ, ਸਾਡੇ ਪ੍ਰਧਾਨ ਮੰਤਰੀ ਸਾਹਿਬ ਬਾਹਰ ਗਏ ਹੋਏ, ਉਹਨਾਂ ਨੇ ਲਾਈਵ ਦੇਖਿਆ, ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਲਾਈਵ ਦੇਖਿਆ, ਦੋਨਾਂ ਨੇ ਵਧਾਈ ਦਿੱਤੀ, ਕਿਹਾ ਜੀ ਬਹੁਤ ਵਧੀਆ ਗੱਲ ਹੋ ਗਈ, ਅਸੀਂ ਤਾਂ ਬੱਲੇ ਬੱਲੇ ਹੈ, ਸਾਡੀ ਬੜੀ ਵੱਡੀ ਪ੍ਰਾਪਤੀ ਹੈ ਜੀ। ਔਰ ਇਹ ਪ੍ਰਾਪਤੀ ਮੈਂ ਸਮਝਦਾ ਦੇਸ਼ ਦੀ ਹੈ ਜੀ। ਕਈ ਵਾਰੀ ਜਦੋਂ ਜਿਹਦੀ ਹਕੂਮਤ ਹੁੰਦੀ ਹੈ ਨਾ, ਉਹੀ ਉਹਦਾ ਲਾਹਾ ਲੈ ਲੈਂਦਾ ਜੀ, ਇਹ ਸਾਡੀ ਗੱਲ ਹੈ। ਲੇਕਿਨ ਇਹ ਪ੍ਰੋਸੈਸ ਜਿਹੜਾ ਦਲਵੀਰ ਜੀ, ਇੱਕ ਦਿਨ ਦਾ ਨਹੀਂ ਹੁੰਦਾ ਜੀ, ਬਿਲਕੁਲ ਸੈਂਟੀਫਿਕ ਪ੍ਰੋਸੈਸ ਹੈ ਜਿਹਦੇ 'ਤੇ ਬਹੁਤ ਮਗਜ ਖਪਾਈ ਕਰਨੀ ਪੈਂਦੀ ਹੈ, ਬੜੀ ਮਿਹਨਤ ਕਰਨੀ ਪੈਂਦੀ ਹੈ, ਪੈਸਾ ਬਹੁਤ ਬਰਬਾਦ ਹੁੰਦਾ, ਬੰਦਿਆਂ ਦੀਆਂ ਜਾਨਾਂ ਬੜੇ ਦੀਆਂ ਜਿਹੜੀਆਂ ਲੱਗ ਜਾਂਦੀਆਂ, ਜ਼ਿੰਦਗੀਆਂ ਲੱਗ ਜਾਂਦੀਆਂ ਇਸ ਕੰਮ ਦੇ ਵਿੱਚ ਜੀ, ਬਿਲਕੁਲ। ਸੋ ਸਾਡਾ ਜਿਹੜਾ ਇਸਰੋ ਹੈ, ਇਸਰੋ ਵਾਲਾ ਜਿਹੜਾ ਇਹ ਸਿਲਸਿਲਾ, ਇਹ 1962 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਸ਼ੁਰੂ ਕੀਤਾ ਸੀ ਜੀ। ਉਸ ਯੁੱਗ ਦੀ ਸ਼ੁਰੂਆਤ ਹੈ, ਅਤੇ ਡਾਕਟਰ ਮਨਮੋਹਨ ਸਿੰਘ ਦੇ ਜ਼ਮਾਨੇ ਦੇ ਵਿੱਚ 2008 ਦੇ ਵਿੱਚ ਵੀ, ਹਰ ਮਤਲਬ ਜਿਹੜਾ ਪ੍ਰਾਈਮ ਮਿਨਿਸਟਰ ਦੇ ਦੌਰ ਦੇ ਵਿੱਚ ਇਹ ਅਮਲ ਚੱਲਦਾ ਹੀ ਰਹਿੰਦਾ, ਰੁਕਦਾ ਨਹੀਂ ਕਦੇ ਜੀ। ਕਈ ਵਾਰੀ ਹੁੰਦਾ ਵੀ ਇਹ ਤਾਂ ਜੀ ਫਲਾਨਾ ਆ ਗਿਆ ਅਤੇ ਉਹਨੇ ਕਰਤਾ, ਉਹਨੇ ਨਹੀਂ ਕੀਤਾ ਹੁੰਦਾ, ਉਹ ਤਾਂ ਅਮਲ ਰੁਕਦਾ ਹੀ ਨਹੀਂ। ਅਤੇ ਹੁਣ ਵੀ ਜੇ ਆਪਾਂ ਦੇਖੀਏ ਚੰਦਰਯਾਨ 'ਤੇ ਪਹੁੰਚ ਗਏ, ਇਹਦਾ ਨਹੀਂ ਵੀ ਕੰਮ ਮੁੱਕ ਗਿਆ ਉਹਨਾਂ ਦਾ, ਉਹ ਤਾਂ ਕਰੀ ਜਾਂਦੇ ਕੰਮ ਜੀ। ਇਹ ਤੋਂ ਬਾਅਦ ਸ਼ਾਇਦ ਮਨੁੱਖ ਭੇਜਣਾ ਪਵੇ, ਉਹ ਵੀ ਦੇਖੀ ਜਾਂਦੇ ਆ, ਜਿਹੜੀਆਂ ਉਹ ਤਸਵੀਰਾਂ ਖਿੱਚ ਰਹੇ ਆ ਉਹਦਾ ਅਨਾਲਿਸਿਸ ਕਰ ਰਹੇ ਆ ਜੀ। ਇਹ ਇੱਕ ਵੱਡੀ ਪ੍ਰਾਪਤੀ ਹੈ ਭਾਰਤ ਦੀ, ਔਰ ਮੰਨਣਾ ਪੈਣਾ ਕਿ ਆਪਣੀ ਭਾਰਤ ਦੀ ਪ੍ਰਾਪਤੀ ਇਹਦੇ 'ਚ ਕੋਈ ਛੋਟੀ ਨਹੀਂ ਜੀ। ਪਰ ਇਹਦੇ 'ਤੇ ਕਈ ਵਾਰੀ ਆਪਾਂ ਲੱਗ ਜਾਂਦੇ ਹਾਂ ਕੱਛਾਂ ਵਜਾਉਣ, ਬਈ ਜੀ ਅਸੀਂ ਤਾਂ ਬਸ ਇਹ ਕਰਤਾ ਜੀ, ਅਸੀਂ ਆਹ ਕਰਤਾ ਆਹ ਕਰਤਾ। ਮੇਰੇ ਇੱਕ ਮਿੱਤਰ ਹੈ, ਬੜੇ ਵਿਦਵਾਨ ਹੈ ਜੀ, ਇੰਗਲੈਂਡ ਦੇ ਵਿੱਚ ਰਹਿੰਦੇ ਹੈ, ਨਾਂ ਉਹਨਾਂ ਦਾ ਹੈਗਾ ਦਰਸ਼ਨ ਸਿੰਘ ਢਿੱਲੋਂ, ਅਤੇ ਉਹ ਚਰਚਾ ਮੈਗਜ਼ੀਨ ਹੈ ਇੱਕ, ਉਹਦੇ ਉਹ ਹੈਗੇ ਸੰਪਾਦਕ ਜੀ। ਉਹਨਾਂ ਨੇ ਵੀ ਉੱਥੇ ਖੁਸ਼ੀ ਮਨਾਈ ਹੈ ਜੀ, ਪਰ ਖੁਸ਼ੀ ਮਨਾਉਣ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੀ ਚੰਦ ਦੇ ਉੱਤੇ ਇੱਕ ਰਾਕਟ ਜਾਣ ਦੇ ਨਾਲ ਭਾਰਤ ਇੱਕ ਸ਼ਕਤੀ ਬਣ ਗਈ। ਬਿਲਕੁਲ, ਦੇਖਣ ਵਾਲੀ ਇਹ ਹਾਲਤ ਹੈ ਕਿ ਭਾਰਤ ਦੇ ਲੋਕਾਂ ਦੀ ਹਾਲਤ ਕੀ ਹੈ। ਬਿਲਕੁਲ, ਉਹ ਕਹਿੰਦੇ ਜੀ ਅਜੇ ਵੀ ਛੱਤਾਂ ਡਿੱਗੀ ਜਾਂਦੀਆਂ ਅਤੇ ਸਕੂਲ ਟੀਚਰ ਮਰੀ ਜਾਂਦੇ ਹੈ, ਅਤੇ ਅਸੀਂ ਚੰਦ 'ਤੇ ਤੁਰੇ ਫਿਰਦੇ ਹਾਂ। ਜਿਹੜੀ ਹਕੀਕਤ ਆ, ਹਕੀਕਤ ਕੀ ਹੈ? ਹਕੀਕਤ ਜਦੋਂ ਅਸੀਂ ਗੱਲ ਕਰਦੇ ਨੇ ਕਿ ਸਾਡੀ ਪ੍ਰਾਪਤੀ ਹੈ, ਪ੍ਰਾਪਤੀ ਉਹ ਹੁੰਦੀ ਹੈ ਜਿਹੜੀ ਸਮੁੱਚੇ ਲੋਕਾਂ ਵਾਸਤੇ ਹੋਵੇ ਜੀ। ਸਭ ਤੋਂ ਪਹਿਲੀ ਗੱਲ ਹੈ ਕਿ ਲੋਕਾਂ ਦਾ ਜੀਵਨ ਪੱਧਰ ਕਿੱਥੇ ਖਲੋਤਾ, ਤੁਸੀਂ ਉਸ ਜੀਵਨ ਪੱਧਰ ਨੂੰ ਉੱਚਾ ਕਰਦੇ ਹੋ ਕਿ ਨਹੀਂ ਕਰਦੇ ਜੀ। ਕਈ ਵਾਰੀ ਅਸੀਂ ਹੁੰਦੇ ਹਾਂ ਕਿ ਜੇ ਅਸੀਂ ਇੱਕ ਵੱਡੀ ਤਾਕਤ ਬਣ ਜਾਈਏ, ਦੁਨੀਆਂ ਨੂੰ ਦਿਖਾ ਦਈਏ, ਉਹ ਦਿਖਾਵਾ ਦਿਖਾਵੀ ਹੋ ਜਾਂਦੀ ਹੈ ਜੀ। ਲੇਕਿਨ ਅਸਲ ਕਹਾਣੀ ਜਿਹੜੀ ਹੈਗੀ ਹੈ, ਅਸਲ ਕਹਾਣੀ ਹੁੰਦੀ ਹੈ ਕਿ ਤੁਸੀਂ ਜ਼ਮੀਨ ਦੇ ਉੱਤੇ ਤੁਹਾਡੇ ਕੋਲ ਕੀ ਹੈ ਜੀ, ਤੁਹਾਡੇ ਲੋਕਾਂ ਦਾ ਐਜੂਕੇਸ਼ਨ ਲੈਵਲ ਕੀ ਹੈ, ਤੁਹਾਡੇ ਲੋਕਾਂ ਦਾ ਸਿਹਤ ਦਾ ਲੈਵਲ ਕੀ ਹੈ ਜੀ। ਇਸ ਵੇਲੇ ਤੁਸੀਂ ਦੇਖੋ, ਸਾਡੇ ਬਹੁਤ ਸਾਰੇ ਬੱਚੇ ਜਿਹੜੇ ਪੈਦਾ ਹੁੰਦੇ ਹੈ, ਉਹਨਾਂ ਦੀਆਂ ਮਾਵਾਂ ਨੂੰ ਵਾਜਬ ਖੁਰਾਕ ਨਾ ਮਿਲਣ ਦੀ ਵਜ੍ਹਾ ਕਾਰਨ ਪੈਦਾ ਹੋਏ ਬੱਚੇ ਹੀ ਬਿਮਾਰ ਹੁੰਦੇ ਹੈ ਜੀ। ਔਰ ਬਹੁਤ ਸਾਰੇ ਜਿਹੜੇ ਹੈਗੇ ਆ ਵਿਚਾਰੇ, ਆਪਣੀ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਇਸ ਦੁਨੀਆਂ 'ਤੇ ਤੁਰੇ ਜਾਂਦੇ ਹੈ ਜੀ। ਕਿੰਨੀਆਂ ਔਰਤਾਂ ਜਿਹੜੀਆਂ ਅਨੀਮੀਆ ਦਾ ਸ਼ਿਕਾਰ ਹੈ, ਬਿਲਕੁਲ, ਕਿੰਨੀਆਂ ਔਰਤਾਂ ਜਿਹੜੀਆਂ ਜਣੇਪੇ ਵੇਲੇ ਆਪਣੀ ਜਾਨ ਤੋਂ ਹੱਥ ਧੋ ਪੈਂਦੀਆਂ। ਇਹ ਇਸ ਕਿਸਮ ਦੀਆਂ ਜਿਹੜੀਆਂ, ਜਿੰਨੀ ਜੇ ਅਸੀਂ ਕਿਸੇ ਸਾਡੀ ਤਰੱਕੀ ਦੀ ਗੱਲ ਦੇਖਣੀ ਹੋਵੇ, ਮੈਂ ਵੀ ਵੈਲਕਮ ਕੀਤਾ, ਤੁਸੀਂ ਵੀ ਵੈਲਕਮ ਕੀਤਾ, ਸਾਰੀ ਦੁਨੀਆਂ 'ਚ ਵੈਲਕਮ, ਪਰ ਜਿਹੜੀ ਗਰਾਊਂਡ ਰਿਐਲਿਟੀ ਹੈ, ਅਜੇ ਵੀ ਜਿਸ ਦੇਸ਼ ਦਾ ਇੱਕ ਵੱਡਾ ਹਿੱਸਾ ਜੀ ਰਾਤ ਨੂੰ ਭੁੱਖੇ ਢਿੱਡ ਸੌਂਦਾ ਹੋਵੇ, ਗਰੀਬੀ ਰੇਖਾ ਤੋਂ ਥੱਲੇ ਹੋਵੇ, ਅਤੇ ਅਸੀਂ ਕਹੀਏ ਜੀ ਅਸੀਂ ਚੰਦ 'ਤੇ ਚੰਦ 'ਤੇ ਚਾਂਗਰਾ ਮਾਰੀ ਜਾਈਏ, ਇਹ ਤਰੱਕੀ ਨਹੀਂ। ਤਰੱਕੀ ਦਾ ਪੈਮਾਨਾ ਜਿਹੜਾ ਹੈਗਾ, ਉਹ ਤੁਹਾਡੀ ਮਨੁੱਖੀ ਡਿਵੈਲਪਮੈਂਟ ਕੀ ਹੈ ਜੀ, ਐਜੂਕੇਸ਼ਨ, ਹੈਲਥ, ਤੁਹਾਡੇ ਰਹਿਣ ਸਹਿਣ ਦਾ ਢੰਗ ਤਰੀਕਾ, ਤੁਹਾਡੇ ਕੋਲ ਜੁੱਲੀ ਕੱਪੜਾ ਔਰ ਮਕਾਨ ਦਾ ਪ੍ਰਬੰਧ ਹੈ ਕਿ ਨਹੀਂ ਹੈ। ਬਿਲਕੁਲ, ਮਾਰੂ ਨਹੀਂ ਗਾ ਤੁਸੀਂ ਆਪਣੇ ਆਲੇ ਦੁਆਲੇ 'ਚ ਹੀ ਮਾਰ ਲਓ, ਕਿੰਨੇ ਲੋਕ ਆਪਾਂ ਰੋਜ਼ ਹੀ ਆਉਣੇ ਘਰਾਂ 'ਚੋਂ ਤੁਰ ਕੇ ਆਉਂਦੇ ਹਾਂ, ਰਸਤੇ ਵਿੱਚ ਕਿਹੋ ਜਿਹੇ ਲੋਕ ਮਿਲਦੇ, ਛੋਟੀਆਂ ਛੋਟੀਆਂ ਬੱਚੀਆਂ ਹੁੰਦੀਆਂ, ਲਾਈਟਾਂ 'ਤੇ ਖੜੀਆਂ ਹੁੰਦੀਆਂ, ਹੱਥ ਦੇ ਵਿੱਚ ਇੱਕ ਬੋਤਲ ਫੜਿਆ ਹੁੰਦਾ ਹੈ, ਬੋਤਲ ਫੜੀ ਹੁੰਦੀ ਹੈ, ਦੂਜੇ ਹੱਥ ਦੇ ਵਿੱਚ ਕੱਪੜਾ ਪਿਆ ਤਾਂ ਪਹਿਲਾਂ ਪਾਣੀ ਮਾਰਦੀਆਂ, ਵਿੱਚ ਥੋੜ੍ਹਾ ਜਿਹਾ ਪਾਇਆ ਹੁੰਦਾ ਹੈ, ਤੁਹਾਡਾ ਸਰਫ ਵਗੈਰਾ ਪਾਇਆ ਹੁੰਦਾ, ਉਹ ਮਾਰਦੀ ਹੈ, ਫਿਰ ਉਹ ਹੱਥ ਕਰਦੀਆਂ,
जिथे ये हालत हो गए। बिल्कुल चंद्रयान के उत्ते जो है जहाज के उतर चंद के उत्ते चंद्रयान के उतर के लोगों के ढिड के रोटी नहीं पैनी। पहला सरकार चाहिए कि जो सही महीने कुछ करना तो लोगों के पेट का प्रबंध करो, उन्होंने सिर के उत्ते छत का प्रबंध करो, उन्होंने रहन के लिए जो है वाजिब कप जो है घर हो, उन्होंने बच्चों स्कूलों से पढ़ाई मिले, हस्पतालों से चंगा इलाज मिले, लोड़ इस गल की है। बिल्कुल ढिलो साहब, कोठी केस बड़ा चर्चा दे विच आया सी, सरबजीत कौर माणूके ते होरां नूं हुण हाई कोर्ट वल्लों नोटिस मिले जी। देखो फिर उही गल आ जांदी है कि असी सिधांतक तौर पर आम आदमी पार्टी के विरोधी नहीं जी, सिधांतक तौर पर असी उन्होंने हक विच आ जी, न पुराने उल्टा के जो नवा आउंदा नूं किसे हद तक आपां चंगा कहिंदे आ, ते लोग पुराने नूं उल्टाउंदे इस करके कि नवा आवे ते कुछ ना कुछ करूगा जी। याद मेरे गल आउंदियां उस वेले भी जो लोगों नूं जाके पुछदे सी वोट की नूं कहिंदे सी, ऐतकी झाड़ू नूं पावांगे, जो कारण पुछदे सी उह सीगे गल इह है कि इह जाण अकाली ते कांग्रसी जाण भावें काला चोर आ जे सानूं कोई गल जी, पर उहनां ने आस उम्मीद नाल पाईआं सी वोटां। 92 बंदे आए सी जी, 92 बंदे उह आ जिहड़े कहिंदे जी असीं लोगों नूं समर्पित आ आम आदमी आ जी, पर हो की रहा। हुण इह बीबी अमरजीत कौर धालीवाल है, बहुत मेहनत मुशक्कत की इन्हें इंग्लैंड अमेरिका कनेडा दे विच जाके काम करती रही, उत्थे बच्चे पाले आपदे, पैसा कुछ जोड़िया, थोड़ा रिटायर हुई तो उन्हें आके अपना जगराओं एक कोठी लैली एक बाजार जी, कोठी लैली तो उन्होंने उत्थे पता लगता कि जी कोठी दे उत्ते तां कब्जा हो गया। कौन बैठा जी? कहिंदे MLA सरबजीत कौर माणूके बैठी है। वह बीबी बेचारी बुढ़ी औरत है बेचारी, आई नाल उहदी नूह आई जी, इधर गए उधर गए, बड़ी उन्होंने कोशिश की किसी ने गल ना सुनी, गल अखबारों तक पहुँच गई, TV चैनलों तक पहुँच गई, लोगों तक पहुँच गई, जथेबंदियां आ गई, मैदान च उतर पी। तो फिर एक सज्जन खड़े हो गए करम सिंह सिद्धू, कहते जी तो मेरी कोठी है जी, अशोक कुमार तो मैं बोल रही है। बाद च होर प्रैशर पिया, फिर एक जिहड़ियां एप्लीकेशन है स्पीकर तो लैके मुख्यमंत्री तो लैके NRI बैंक पंजाब पुलिस सबनों दे दिया जी, पर होया कुछ ना। जो डाढ़ा रौला पै गया, ज़्यादा बदनामी होने लग गई, फिर कहते जी एक दिन गल ये हो गई, कहते लिया दबा दब परचा दर्ज करने, जिन्हें कोठी खरीदी उ बंदा जिन्हें बेची है वो केस दर्ज करा रहा कि मेरे नाल इन्हें फ्रॉड किया जी, वो फ्रॉड का केस दर्ज करवा, तो फ्रॉड का केस दर्ज करवा के सुरखरू हो जाता है, उन्होंने तो कोठी ना मिली, फिर रफड़ पैदा रहा। फिर इंटरनेशनल लैवल पर रौला पिया, आम आदमी पार्टी को विदेशों के बड़ी मदद मिली सी, उन्होंने जो मिलन वाले विदेशों बैठे से उन्होंने इस मामले में उठाया जी। फिर एक सज्जन बिच पे मेरे भी वाकफकार है वधिया मित्र है जी, वो बिच पे उन्होंने बिच पे पवा के तो चाबी कोठी की दवाती जी, चाबी कोठी की आ गई। हूँ कोठी के भावें बैठे तो वह परिवार है NRI परिवार जी, पर टाइटल हाले तक उन्होंने ना नहीं होया जी, इंतकाल जो इंतकाल जोड़ा है वह करम सिंह सिद्धू के नाते ही है जी, तो करम सिंह सिद्धू ने इंतकाल वापस नहीं करवाया। बीबी माणूके जी उत्थे बैठी सी, कहती जी मैं तो करम सिंह सिद्धू तो किराए से ली सी, मैं छड़ चली हाँ जी। ये मामला उत्थे दा उत्थे तुरा फिरदा, उन्होंने इंसाफ नहीं मिल रहा, तो हुण बीबी अमरजीत कौर धालीवाल जी वह पहुँच गई जी हाई कोर्ट, हाई कोर्ट जाके पाती पटीशन जी, और उस पटीशन दे विच उन्हें मांग ये कीती है कि मामला CBI नूं दिता जाए जी। पंजाब दे विच मैनूं इंसाफ नहीं मिल सकता, क्योंकि जिहड़ी असल जिहड़ी सूत्रधार है सारे मामले दी है बीबी सरबजीत कौर माणूके MLA जी, और MLA भी रूलिंग पार्टी दी है जी, सीनियर है, दूजी बारी बनी है, इंसाफ दी आस कोई नहीं, तो मामला CBI नूं दिता जाए। हुण माणयोग अदालत ने सुप्रीम कोर्ट ने नोटिस जारी करता जी, किनू कीता जी, पंजाब सरकार नू नोटिस जारी करता, पंजाब दे DGP नू नोटिस जारी करता जी, सरबजीत कौर माणूके नू नोटिस करता, उन्होंने हसबेंड आ प्रोफेसर साहब उन्होंने नोटिस जारी करता, CBI नू नोटिस जारी करता जी, और उन्होंने कहता कि तुसी जवाब दो, आओ सारे होवो पेश जी, तो फिर असी देखते हैं भी की करना है, केस देना किनू है। मैनू लगती है कि ये सारा कुछ ही होगा जी, 100 गंढे भी खाते जाएंगे, 100 छित्र भी खाएंगे, तो 100 रुपया जुर्माना भी देंगे जी, गल्लां तो नहीं होणगियां, छड्डा छड़ाई सारा कुछ होगी, छड्डण नूं जी नहीं करदा जी, गल गलत है, पता है सारा कुछ करा करा के,
ਅਤੇ ਹੁਣ ਪ੍ਰੈਸ਼ਰ ਸ਼ਾਇਦ ਫਿਰ ਪੈਣਾ ਸ਼ੁਰੂ ਹੋ ਜਾਏ NRI ਪਰਿਵਾਰ ਦੇ ਉੱਤੇ ਜੀ। ਪਰ ਉਹ ਬੀਬੀ ਅਮਰਜੀਤ ਕੌਰ ਡਟੀ ਹੋਈ ਹੈ, ਖੜੀ ਹੈ ਔਰ ਸਲਾਮ ਕਰਦੇ ਆ ਉਹਨੂੰ ਕਿ ਘੱਟੋ ਘੱਟ ਲੜਾਈ ਤਾਂ ਲੜ ਰਹੀ ਹੈ, ਜਦੋਂ ਲੜਾਈ ਡਾਢਿਆਂ ਨਾਲ ਹੋਵੇ। ਹੁਣ ਸਵਾਲ ਹੁੰਦਾ ਕਿ ਕਿੰਨੇ ਕੁ ਆਮ ਬੰਦੇ ਹੈ, ਬਿਲਕੁਲ ਜੀ, ਜਿਹਨਾਂ ਲੋਕਾਂ ਨੇ ਵੋਟਾਂ ਪਾਈਆਂ ਸੀ NRI ਨੇ ਵੀ ਵੋਟਾਂ ਪਾਈਆਂ ਸੀ, ਔਰ ਇਹ ਤਾਂ ਦੱਸਦਾ ਸੀ ਉਹ ਬੀਬੀ ਦਾ ਜਿਹੜਾ ਬੇਟਾ ਹੈ ਜੀ ਅਮਰਜੀਤ ਕੌਰ ਦਾ, 2017 ਵੇਲੇ ਜਿਹੜੇ ਭੰਗੜੇ ਪਾਉਂਦੇ ਸੀ ਜਹਾਜ਼ਾਂ ਤੋਂ ਉੱਤਰ ਉੱਤਰ ਕੇ ਆਏ ਸੀ ਵੀ ਹਾਂਜੀ ਬਦਲਾਅ ਕਰਨੇ, ਉਹ ਵੀ ਉਹਨਾਂ ਦੇ ਵਿੱਚ ਸੀ ਜੀ। ਅਤੇ ਉਹ ਬਦਲਾਅ ਹੁਣ ਉਹਨਾਂ ਨੂੰ ਤਾਂ ਬਦਲਾਅ ਦਾ ਥੋੜ੍ਹਾ ਜਿਹਾ ਸਵਾਦ ਆ ਗਿਆ ਅਤੇ ਬਾਕੀਆਂ ਨੂੰ ਹੌਲੀ ਹੌਲੀ ਆ ਜਾਊਗਾ। ਬਿਲਕੁਲ ਜੀ। ਐਮੀਨੈਂਸ ਸਕੂਲ ਦਾ ਢਿੱਲੋਂ ਸਾਹਿਬ ਲੈਂਟਰ ਡਿੱਗ ਗਿਆ ਅਤੇ ਬੜੀ ਮੰਦਭਾਗੀ ਖਬਰ ਆ, ਇੱਕ ਅਧਿਆਪਕਾ ਦੀ ਮੌਤ ਹੋ ਗਈ, 3 ਗੰਭੀਰ ਜ਼ਖਮੀ ਹੋ ਗਏ ਜੀ, ਬੜਾ ਕੀ ਕਹਿਣਾ ਚਾਹੋਗੇ? ਦੇਖੋ ਬਰਾੜ ਸਾਹਿਬ, ਗੱਲ ਇਹ ਹੈ ਵੀ ਜਿਹੜਾ ਐਮੀਨੈਂਸ ਸਕੂਲ ਹੈ ਜੀ, ਅੱਖਰ ਸੋਹਣੇ ਲਿਖ ਲਓ, ਉਹਨੂੰ ਰੰਗ ਰੋਗਨ ਕਰ ਦਿਓ, ਉਹਦੇ ਨਾਲ ਐਮੀਨੈਂਸ ਨਹੀਂ ਬਣਦਾ। ਬਿਲਕੁਲ। ਐਮੀਨੈਂਸ ਬਣਾਉਣ ਵਾਸਤੇ ਤੁਹਾਨੂੰ ਜਿਹੜਾ ਸਾਰਾ ਮੁਕੰਮਲ ਇਨਫਰਾਸਟ੍ਰਕਚਰ ਜੀ, ਬੱਚੇ ਉੱਥੇ ਜਿਹੜੇ ਪੜ੍ਹਨ ਵਾਸਤੇ ਆਉਂਦੇ ਆ ਉਹਨਾਂ ਨੂੰ ਪੜ੍ਹਨ ਯੋਗ ਮਾਹੌਲ, ਉਹਨਾਂ ਦੇ ਸਟਾਫ ਜਿਹਨੇ ਪੜ੍ਹਾਉਣਾ ਹੈ ਟੀਚਰਾਂ ਨੇ, ਉਹਨਾਂ ਨੂੰ ਪੜ੍ਹਨ ਵਾਲਾ ਮਾਹੌਲ ਹੋਵੇ, ਪੜ੍ਹਾਉਣ ਵਾਲਾ ਮਾਹੌਲ ਹੋਵੇ। ਬਿਲਕੁਲ। ਉਹਨਾਂ ਦੇ ਬੈਠਣ ਖੜ੍ਹਨ ਵਾਲਾ ਮਾਹੌਲ ਹੋਵੇ। ਹੁਣ ਸਾਡੀਆਂ ਬਿਲਡਿੰਗਾਂ ਜਿਹੜੀਆਂ ਗਈਆਂ ਬਾਬੇ ਆਦਮ ਵੇਲੇ ਦੀਆਂ, ਬਿਲਕੁਲ ਜੀ, ਨਵੀਂ ਬਿਲਡਿੰਗ ਤਾਂ ਕੋਈ ਨਵਾਂ ਸਕੂਲ ਕਿਤੇ ਰੇਅਰ ਹੀ ਬਣਦਾ, ਬਾਕੀ ਸਭ ਕੁਛ ਪੁਰਾਣੇ ਪੁਰਾਣੇ। ਹੁਣ ਇਹ ਬਿਲਡਿੰਗਾਂ ਕਿੰਨੇ ਲੰਬੇ ਸਮੇਂ ਤੋਂ ਹੈ, ਸਾਡੇ ਹੁਣ ਮੰਤਰੀ ਜਿਹੜੇ ਹੈਗੇ ਆ ਹਰਜੋਤ ਸਿੰਘ ਬੈਂਸ ਹੋਣੀ, ਉਹ ਇੱਕ ਸਕੂਲ 'ਚ ਗਏ ਸੀ ਜੀ, ਸਕੂਲ ਦੇ ਵਿੱਚ ਜਾ ਕੇ ਉਹ ਟੀਚਰਾਂ ਨੂੰ ਅਤੇ ਬੱਚਿਆਂ ਨੂੰ ਪੁੱਛ ਰਹੇ ਵੀ ਤੁਹਾਡਾ ਹੈੱਡ ਮਾਸਟਰ ਕਿੱਥੇ, ਉਹਨੇ ਦਾਰੂ ਪੀਤੀ ਹੈ, ਉਹ ਦਾਰੂ ਪੀਂਦਾ ਹੈ? ਉੱਚੀ ਉੱਚੀ ਉਹ ਸਵਾਲ ਕਰ ਰਹੇ ਅਤੇ ਉਹ ਬੋਲਦੇ ਨੇ, ਕਹਿੰਦਾ ਬੋਲਦੇ ਕਿਉਂ ਨਹੀਂ, ਮੈਨੂੰ ਸਭ ਪਤਾ ਹੈ। ਲਓ ਜੀ, ਕਹਿੰਦਾ ਮੈਨੂੰ ਸਸਪੈਂਡ ਕਰਦਾ, ਦਾਰੂ ਕਰਤਾ ਹੈ, ਦਾਰੂ ਪੀਂਦਾ ਹੈ ਜੀ। ਮਾੜੀ ਗੱਲ ਹੈ, ਦਾਰੂ ਨਹੀਂ ਟੀਚਰ ਨੂੰ ਪੀਣੀ ਚਾਹੀਦੀ, ਜ਼ਰੂਰ ਚੈਕਿੰਗ ਹੋਣੀ ਚਾਹੀਦੀ ਹੈ। ਪਰ ਜੇ ਮੰਤਰੀ ਫੀਲਡ ਦੇ ਵਿੱਚ ਜਾਂਦਾ ਤਾਂ ਮੰਤਰੀ ਨੂੰ ਜਾ ਕੇ ਵੀ ਦੇਖਣਾ ਚਾਹੀਦਾ ਕਿ ਕੀ ਜਿਹੜੇ ਸਕੂਲ ਦੇ ਵਿੱਚ ਗਿਆ ਉਹ ਸਕੂਲ ਪੜ੍ਹਾਉਣ ਯੋਗ ਹੈ, ਉਸ ਸਕੂਲ ਦੇ ਵਿੱਚ ਬੈਠੇ ਬੈਠੇ ਪੜ੍ਹ ਸਕਦੇ ਆ। ਜੇ ਮੈਂ ਯਾਦ ਕਰਾਉਣਾ ਤੁਹਾਨੂੰ, ਬਿਲਕੁਲ, ਮਨੀਸ਼ ਸਿਸੋਦੀਆ ਦਿੱਲੀ ਦਾ ਡਿਪਟੀ ਮੁੱਖ ਮੰਤਰੀ ਹੁੰਦਾ ਸੀ ਜੀ, ਉਦੋਂ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਸੀ ਜੀ, ਉਹਦੇ ਕੋਲ ਐਜੂਕੇਸ਼ਨ ਦਾ ਡਿਪਾਰਟਮੈਂਟ ਹੈ। ਉਹਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਵੀ ਦਿੱਲੀ ਦੀ ਐਜੂਕੇਸ਼ਨ ਦਾ ਇਨਕਲਾਬ ਉਹ ਬੰਦਾ ਲੈ ਕੇ ਆਇਆ ਜੀ, ਔਰ ਸਿੰਗਾਪੁਰ ਬੰਦੇ ਕਹਿੰਦੇ ਜੀ ਉਹਨਾਂ ਨੇ ਪੜ੍ਹਨ ਵਾਸਤੇ ਭੇਜਣੇ ਸੀ, ਕੇਂਦਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਜੀ। ਉਹ ਬੰਦਾ ਪੰਜਾਬ 'ਚ ਆਇਆ ਸੀ, ਪੰਜਾਬ ਦੇ ਵਿੱਚ ਆ ਕੇ ਉਹ ਗਿਆ ਕਿੱਥੇ ਸੀ? ਉਹ ਗਿਆ ਸੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ 'ਚ ਜੀ, ਇੱਕ ਸਕੂਲ 'ਚ ਗਿਆ ਅਤੇ ਵੀਡੀਓ ਬਣਾ ਬਣਾ ਕੇ ਪਾ ਰਿਹਾ ਸੀ, ਆਹ ਦੇਖੋ ਆਹ ਸਕੂਲ ਹੈ, ਇਹ ਬੱਚਿਆਂ ਦੇ ਪੜ੍ਹਨ ਵਾਲਾ ਸਕੂਲ ਹੈ ਜੀ। ਉਹ ਤਾਂ ਬੱਚਿਆਂ ਦੇ ਪੜ੍ਹਨ ਵਾਲਾ ਸਕੂਲ ਨਹੀਂ ਸੀ, ਅਤੇ ਹੁਣ ਚਲੋ ਉਹ ਤਾਂ ਬੈਠੇ ਆ ਅੰਦਰ ਜੀ, ਉਹਦੇ ਆਕਾ ਜਿਹੜੇ ਹੈਗੇ ਆ ਕੇਜਰੀਵਾਲ ਸਾਹਿਬ ਤਾਂ ਬਾਹਰ ਹੈ ਜੀ, ਕੇਜਰੀਵਾਲ ਸਾਹਿਬ ਵੀ ਕਹਿੰਦੇ ਉਹਨੂੰ ਤਾਂ ਅੰਦਰ ਦਿੱਤਾ ਵਾ ਵੀ ਕਿਉਂਕਿ ਉਹਨੇ ਇਨਕਲਾਬ ਕਰਤਾ ਜੀ। ਭਗਵੰਤ ਮਾਨ ਹੋਰੀ ਵੀ ਉਹਦੇ ਹੱਕ 'ਚ ਜਾਂਦੇ ਜੀ। ਜੋ ਕੁਛ ਲੁਧਿਆਣੇ 'ਚ ਹੋਇਆ ਉਹ ਕੀ ਹੋਇਆ? ਲੁਧਿਆਣੇ 'ਚ ਇਹ ਹੋਇਆ ਕਿ ਇੱਕ ਪੁਰਾਣੀ ਬਿਲਡਿੰਗ ਹੈ, ਬਿਲਡਿੰਗ ਦੇ ਉੱਤੇ ਹੋਰ ਬਿਲਡਿੰਗ ਬਣ ਰਹੀ ਹੈ ਜੀ, ਉਹ ਬਿਲਡਿੰਗ ਜਿਹੜੀ ਉੱਪਰਲੀ ਬਣ ਰਹੀ ਹੈ ਉਹਦਾ ਲੈਂਟਰ ਡਿੱਗ ਪਿਆ ਜੀ, ਸਟਾਫ ਰੂਮ ਦੇ ਉੱਤੇ ਬਿਲਡਿੰਗ ਬਣ ਰਹੀ ਸੀ, ਸਟਾਫ ਰੂਮ ਦੇ ਵਿੱਚ ਬੈਠੇ ਹੈ ਟੀਚਰ, 4-5 ਬੀਬੀਆਂ ਸੀ ਜੀ, ਦੁਪਹਿਰ ਦਾ ਟਾਈਮ ਸੀ, ਲੰਚ ਕਰਨਾ ਸੀ, ਉਸੇ ਵੇਲੇ ਜਦੋਂ ਇੱਕਦਮ ਉੱਪਰਲਾ ਜਿਹੜਾ ਲੈਂਟਰ ਡਿੱਗ ਕੇ ਛੱਤ ਦੇ ਉੱਤੇ ਇੰਨੀ ਤੇਜ਼ੀ ਨਾਲ ਅਤੇ ਫੋਰਸ ਨਾਲ ਵੱਜਿਆ ਜੀ, ਉਹਨੇ ਹੇਠਲਾ ਲੈਂਟਰ ਵੀ ਤੋੜਤਾ, ਉਹ ਉੱਪਰ ਡਿੱਗ ਪਿਆ, ਸਾਰੇ ਜਾਣੇ ਵਿੱਚ ਦੱਬ ਗਏ ਜੀ। 3 ਖੁਸ਼ਕਿਸਮਤੀ ਕਹਿ ਸਕਦੇ ਹਾਂ ਜਿਹਨਾਂ ਨੂੰ ਕੱਢ ਲਿਆ ਬਾਹਰ, ਉਹਨਾਂ ਦੀ ਜਾਨ ਬਚ ਗਈ ਅਤੇ ਇੱਕ ਬੀਬੀ ਹੈ ਜਿਹੜੀ ਉਹਦੀ ਮੌਤ ਹੋ ਗਈ ਜੀ। ਹੁਣ ਮੌਤ ਹੋ ਗਈ, ਬਹੁਤ ਮਾੜੀ ਗੱਲ ਹੈ, ਨਹੀਂ ਸੀ ਹੋਣੀ ਚਾਹੀਦੀ, ਪਰ ਇੱਥੇ ਸਿਆਸਤ ਵੀ ਸ਼ੁਰੂ ਹੋ ਗਈ ਜੀ। ਰਵਨੀਤ ਸਿੰਘ ਬਿੱਟੂ ਵੀ ਲੱਗਿਆ ਪਿਆ, ਦੇਖੋ ਜੀ ਕਹਿੰਦੇ ਕੀ ਕਰਦੇ। ਪਰ ਗੱਲ ਤਾਂ ਪੁੱਛਣ ਵਾਲੀ ਹੈ ਕਿ ਬਿੱਟੂ ਜੀ ਰਾਜ ਵਿਭਾਗ ਤਾਂ ਤੁਹਾਡਾ ਹੁਣ ਥੋੜ੍ਹਾ ਸਮਾਂ ਹੀ ਹੋਇਆ ਗਿਆ ਨੂੰ, ਬਿਲਕੁਲ, ਤੁਹਾਡੇ ਤਾਂ ਦਾਦਾ ਜੀ ਵੀ ਪੰਜਾਬ ਦੇ ਚੀਫ ਮਿਨਿਸਟਰ ਰਹੀ ਹੈ, ਪੰਜਾਬ ਦੀ ਐਜੂਕੇਸ਼ਨ ਦੀ ਹਾਲਤ ਕੀ ਹੈ, ਪੰਜਾਬ ਦਾ ਐਜੂਕੇਸ਼ਨ ਵਾਲਾ ਮਾਹੌਲ ਕੀ ਹੈ, ਜਿਹੜੇ ਬੱਚੇ ਉੱਥੇ ਪੜ੍ਹਦੇ ਨੇ ਬੱਚਿਆਂ ਦੀ ਸਥਿਤੀ ਕੀ ਹੈ? ਬਿਲਕੁਲ ਜੀ। ਉਹਨਾਂ ਦੇ ਰਹਿਣ ਸਹਿਣ ਵਾਸਤੇ ਜਿਹੜਾ ਹੈਗਾ ਕੋਈ ਸਾਡੇ ਕੋਲ ਚੰਗੇ ਬਾਥਰੂਮ ਹੈ, ਬਾਥਰੂਮਾਂ ਦੀ ਹਾਲਤ ਮਾੜੀ ਹੈ, ਸਾਰਾ ਕੁਛ, ਮਤਲਬ ਕੁੱਲ ਮਿਲਾ ਕੇ ਜਿਹੜਾ ਹੈਗਾ ਸਾਰੇ ਆਪੋ ਆਪਣਾ ਟਾਈਮ ਪਾਸ ਕਰਦੇ ਜੀ। ਬਿਊਰੋਕ੍ਰੇਸੀ ਜਿਹੜੀ ਹੈਗੀ ਹੈ ਉਹ ਉਂਗਲਾਂ 'ਤੇ ਨਚਾਉਂਦੀ ਹੈ, ਮੰਤਰੀਆਂ ਸੰਤਰੀਆਂ ਨੂੰ ਪਤਾ ਨਹੀਂ ਵੀ ਅਸੀਂ ਕਰਨਾ ਕੀ ਹੈ ਅਤੇ ਜੋ ਕੁਛ ਹੁੰਦਾ ਉਹ ਆਪਣੇ ਸਾਹਮਣੇ ਜੀ। ਬਿਲਕੁਲ ਢਿੱਲੋਂ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਅਤੇ ਤੁਹਾਡੀ ਟਿੱਕਾ ਟਿੱਪਣੀ ਲਈ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸ਼ੁਕਰੀਆ ਜੀ। ਇਹ ਸਨ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ, ਅਤੇ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਮੈਨੂੰ ਯਾਨੀ ਕਿ ਦਲਬੀਰ ਸਿੰਘ ਬਰਾੜ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਨਾਲ। ਸ਼ਮਾਦਾਨ।